सतगुरु रविदास महाराज जी के प्रकाश पर्व के मौके पर श्री गुरु रविदास मंदिर प्रबंधक सभा द्वारा बस्ती जोधेवाल से विशाल शोभा यात्रा निकाली गई। आज सतगुरु रविदास महाराज जी का 642वां आगमन पुरब जिहड़ा श्रोमणी श्री गुरु रविदास मंदिर बस्ती जोधेवाल विखे बड़ी धूमधाम नाल मनाया जा रहा है और लगभग 122 संस्थावां जिहड़ियां कि शहर दीआं वख वख इलाकिआं तों आईआं ने वो साडे नाल चल रहीआं ने। मैं समझदा वी सतगुरु रविदास महाराज जी ने जो उपदेश दित्ता है ਸਾਂਝੀ ਬਾਲਤਾ ਦਾ ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ। ਉਮੀਦ ਹੈ ਅਸੀਂ ਆਉਣ ਵਾਲੇ ਦਿਨਾਂ 'ਚ ਉਸ ਵਿੱਚ ਕਾਮਯਾਬ ਹੋਵਾਂਗੇ। ਹਰ ਸਾਲ ਦੀ ਤਰ੍ਹਾਂ ਬਸਤੀ ਜੋਧੇਵਾਲ ਜੋ ਸਾਡੀ ਸ਼੍ਰੀ ਗੁਰੂ ਰਵਿਦਾਸ ਸਭਾ ਉਹਦੇ ਵੱਲੋਂ ਸ਼ੋਭਾ ਯਾਤਰਾ ਨਗਰ ਕੀਰਤਨ ਕੱਢਿਆ ਜਾਂਦਾ ਉਹ ਇਹ ਪੂਰੇ ਸ਼ਹਿਰ 'ਚੋਂ ਘੁੰਮਦੇ ਹੋਏ ਵਾਪਸ ਫਿਰ ਸਮਾਪਤ ਇੱਥੇ ਆਉਣਾ ਵਾ ਔਰ ਮੈਂ ਜਿੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਵਧਾਈ ਦਿੰਦਾ ਉੱਥੇ ਮੇਰਾ ਵਾਰਡ ਵੀ ਪੈਂਦਾ ਹੈ ਜੇ ਕੌਂਸਲਰ ਵੀ ਮੈਂ ਇੱਥੇ ਹਮੇਸ਼ਾ ਇਹ ਪ੍ਰੋਗਰਾਮਾਂ 'ਚ ਸ਼ਾਮਿਲ ਹੁੰਦਾ ਔਰ ਸਾਰੀ ਸਭਾ ਦਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ।